ਸਿੰਧੀ ਵਿੱਚ ਬੋਲ ਜਾਂ ਪੰਜਾਬੀ ਵਿੱਚ ਬੋਲ, ਪਸ਼ਤੋ ਵਿੱਚ ਬੋਲ ਜਾਂ ਦਵਾਬੀ ਵਿੱਚ ਬੋਲ, ਹਿੰਦੀ ਵਿੱਚ ਬੋਲ ਜਾਂ ਬੰਗਾਲੀ ਵਿੱਚ ਬੋਲ, ਚੀਨੀ ਆ ਮਲਾਈ ਪਰਤਗਾਲੀ ਵਿੱਚ ਬੋਲ, ਬੋਲ ਅੰਗਰੇਜ਼ੀ ਭਾਵੇਂ ਫਾਰਸੀ ਚ ਬੋਲ, ਉਰਦੂ ਸੁਰੈਕੀ ਜਾਂ ਬਨਾਰਸੀ ਚ ਬੋਲ, ਸਾਰਿਆਂ ਦੀ ਅੱਲਾ ਹੀ ਪੁਕਾਰ ਸੁਣਦਾ, ਵਾਰੋ ਵਾਰੀ ਨਹੀਂਓ ਇੱਕੋ ਵਾਰ ਸੁਣਦਾ, ਸਾਰਿਆਂ ਦੀ ਅੱਲਾ ਹੀ ਪੁਕਾਰ ਸੁਣਦਾ, ਵਾਰੋ ਵਾਰੀ ਨਹੀਂਓ ਇੱਕੋ ਵਾਰ ਸੁਣਦਾ, ਉਹ ਕਹਿੰਦਾ ਨਹੀਂਓ ਠਹਿਰ ਜਾਓ ਸਾਈਵਾਲ ਵਾਲਿਓ, ਤੁਸੀਂ ਪਹਿਲਾਂ ਬੋਲੋ ਖਾਨੇਵਾਲ ਵਾਲਿਓ, ਉਹ ਕਹਿੰਦਾ ਨਹੀਂਓ ਠਹਿਰ ਜਾਓ ਲਾਹੌਰ ਵਾਲਿਓ, ਤੁਸੀਂ ਪਹਿਲਾਂ ਬੋਲੋ ਬਈ ਪਿਸ਼ੌਰ ਵਾਲਿਓ, ਉਹ ਕਹਿੰਦਾ ਨਹੀਂਓ ਠਹਿਰ ਜਾਓ ਸੱਖਰ ਵਾਲਿਓ, ਤੁਸੀਂ ਪਹਿਲਾਂ ਬੋਲੋ ਬਈ ਪੱਖਰ ਵਾਲਿਓ, ਰਾਹ ਵਾਲੀ ਚੁੱਪ ਬੋਲੋ ਗੱਖੜ ਵਾਲਿਓ, ਉਹ ਕਹਿੰਦਾ ਨਹੀਂਓ ਠਹਿਰ ਜਾਓ ਕਸੂਰ ਵਾਲਿਓ, ਤੁਸੀਂ ਪਹਿਲਾਂ ਬੋਲੋ ਪਸਰੂਰ ਵਾਲਿਓ, ਖਾਕੀ ਨਾਰੀ ਚੁੱਪ ਬੋਲੋ ਨੂਰ ਵਾਲਿਓ, ਨਾ ਆਖੇ ਨੇੜੇ ਆ ਜਾਓ ਦੂਰ ਵਾਲਿਓ, ਨਾ ਲੈਣ ਨਾ ਕਿਤਾਰ ਨਾ ਤੂੰ ਤਕਰਾਰ, ਨਾ ਵੇਲਾ ਮਖਸੂਸ ਨਾ ਮੰਗਲ ਐਤਵਾਰ, ਉਹਨੂੰ ਜਦੋਂ ਵੀ ਪੁਕਾਰੋ ਉਹ ਪੁਕਾਰ ਸੁਣਦਾ, ਸਤਾਰ ਤੇ ਗਫਾਰ ਉਹ ਜੱਬਾਰ ਸੁਣਦਾ, ਨਾਰੇ ਤਕਬੀਰ ਸ਼ੇਰੇ ਪੰਜਾਬ ਮੁਤਕੱਲਮ ਇਸਲਾਮ ਮੁਤਕੱਲਮ ਇਸਲਾਮ। ਮੈਂ ਜਿਹੜੀ ਗੱਲ ਤੁਹਾਨੂੰ ਸੁਣਾਉਣ ਲੱਗਾ ਹਾਂ ਆਪਣੇ ਬਾਰੇ, ਇੱਕ ਗੱਲ ਮੈਂ ਐਤਕਾਂ ਬੜੇ ਹੀ ਖਹਿੜਾ ਕਰਕੇ ਮੰਗੀ ਹੈ, ਮੱਕੇ ਵੀ ਔਰ ਮਦੀਨੇ ਵੀ ਔਰ ਇਤਕਾਫ ਵਿੱਚ ਵੀ, ਜਿਵੇਂ ਖਹਿੜੇ ਨਹੀਂ ਪੈ ਜੀਦਾ, ਤੇ ਨਾਲ ਮੈਂ ਵਾਰ ਵਾਰ ਕਹਾਂ ਨਾਰਾਜ਼ ਵੀ ਨਾ ਹੋਇਆ ਜੇ ਪਰਵਰਤੀਗਾਰ ਜੀ, ਨਾਰਾਜ਼ ਵੀ ਨਾ ਹੋਏ, ਗੁੱਸਾ ਵੀ ਨਾ ਕਰਿਆ ਜੇ, ਤੇ ਤੁਹਾਡਾ ਗੁੱਸਾ ਅਸੀਂ ਤੇ ਕਿਸੇ ਮਿਹਰਬਾਨ ਮੁਸਲਮਾਨ ਇਨਸਾਨ ਦਾ ਗੁੱਸਾ ਨਹੀਂ ਬਰਦਾਸ਼ਤ ਕਰ ਸਕਦੇ, ਚੁੱਕਣ ਦੀ ਹਿੰਮਤ ਨਹੀਂ। ਸੋਹਣਿਆ ਤੂੰ ਤੇ ਜਹਾਨ ਦਾ ਸ਼ਹਿਨਸ਼ਾਹ ਹੈ ਰਹਿਮਾਨ, ਸੋਹਣਿਆ ਤੇਰਾ ਗੁੱਸਾ ਤੇ ਇੱਕ ਮਿੰਟ ਵੀ ਸਾਡੇ ਕੋਲ ਨਹੀਂ ਬਰਦਾਸ਼ਤ, ਨਾਰਾਜ਼ ਨਾ ਹੋਇਆ। ਉਂਝ ਵਾਰ ਵਾਰ ਕਹਿੰਦਾ ਸਾਂ ਇੱਕ ਸ਼ੈ ਮੈਂ ਮੰਗਣਾ, ਮੈਨੂੰ ਹੋਰ ਕੋਈ ਪਿਛਾ ਕਰ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦਿਆ ਜੇ, ਉਂਝ ਮੇਰੀ ਮਰਜ਼ੀ ਨਾਲ ਇੱਕ ਸ਼ੈ ਮੈਨੂੰ ਦੇ ਛੱਡੋ ਇਸ ਦੁਨੀਆ ਵਿੱਚ। ਉਹ ਕਿਹੜੀ ਸੀ? ਕਿ ਕੁਰਾਨ ਪੜ੍ਹਨ ਲਈ ਤੇ ਆਪਣੀ ਤੋਹੀਦ ਤੇ ਆਪਣੀਆਂ ਹਮਦਾਂ ਕਰਨ ਲਈ ਗਲਾ ਖੋਲ ਦੇ, ਸੀਨਾ ਖੋਲ ਦੇ, ਸੀਨਾ ਖੁੱਲ੍ਹਾ ਕਰ ਦੇ, ਔਰ ਆਪਣੇ ਸੋਹਣੇ ਨਬੀ ਦੀ ਨਾਤ ਪੜ੍ਹਨ ਲਈ ਤੇ ਮਦਾ ਕਰਨ ਲਈ ਇਸ ਜ਼ੁਬਾਨ ਵਿੱਚ ਤਸੀਰ ਪੈਦਾ ਕਰ ਦੇ, ਤਾਂ ਕਿ ਤੇਰੀਆਂ ਹਮਦਾਂ ਕਰਦਾ ਫਿਰਾਂ, ਤੇਰੇ ਯਾਰ ਦੀਆਂ ਨਾਤਾਂ ਪੜ੍ਹਦਾ। ਇੰਨੀ ਗੱਲ ਐਤਕਾਂ ਮੰਨੀ ਹੈ ਤੇ ਇੰਨੀ ਮੰਗੀ ਹੈ, ਇੰਨੀ ਮੰਗੀ ਹੈ, ਬਾਕੀ ਮੈਂ ਕਿਹਾ ਆਪਣੀ ਮਰਜ਼ੀ ਨਾਲ, ਭਾਵੇਂ ਮੈਨੂੰ ਤੁਸੀਂ ਐਮ ਪੀ ਏ ਬਣਾਓ, ਐਮ ਐਨ ਏ ਬਣਾਓ, ਮੈਨੂੰ ਸਦਰੇ ਪਾਕਿਸਤਾਨ ਬਣਾਓ, ਮੇਰੇ ਲੋ ਜ਼ਰਦਾਰੀ ਪਰਸੋਂ ਲਾ ਦਿਓ, ਮੈਨੂੰ ਪਹਿਲੇ ਦਿਨ ਉੱਥੇ ਬਿਠਾ ਦਿਓ, ਇਹ ਅਲੱਗ ਗੱਲਾਂ ਨੇ, ਇਹਨਾਂ ਗੱਲਾਂ ਦੀ ਕੋਈ ਹੈਸੀਅਤ ਨਹੀਂ। ਆ ਕਈ ਬੰਦੇ ਬਹੁਤੇ ਯਕੀਨ ਕਰੋ ਕਿ ਲਓ ਜੀ ਸਾਡੀ ਕ੍ਰਿਕਟ ਟੀਮ ਹਾਰ ਗਈ ਹੈ, ਆ ਕਈ ਮੁੰਡੇ ਮੰਜੀਆਂ 'ਤੇ ਪੈ ਗਏ, ਕ੍ਰਿਕਟ ਟੀਮ ਹਾਰ ਗਈ ਹੈ ਤੇ ਕੰਮ ਬੜਾ ਖਰਾਬ ਹੈ, ਮੈਂ ਦਫਾ ਕਰੋ ਪਰ ਕਿਹੜੇ ਸਿਆਪੇ ਨੂੰ ਪੈ ਗਏ, ਉਹ ਕ੍ਰਿਕਟ ਟੀਮ ਹਾਰ ਗਈ ਹੈ। ਉਹ ਬੰਦਾ ਕ੍ਰਿਕਟ, ਵਾਲੀਬਾਲ, ਫੁੱਟਬਾਲ, ਐਮ ਪੀ ਏ, ਐਮ ਐਨ ਏ, ਸਦਾਰਤਾਂ, ਵਜ਼ਾਰਤਾਂ, ਨਿਜ਼ਾਮਤਾਂ, ਚੇਅਰਮੈਨੀਆਂ, ਇਹ ਨੰਬਰਦਾਰੀਆਂ, ਇਹ ਸਾਰੇ
ਕੁਛ ਦੀ ਕੋਈ ਹੈਸੀਅਤ ਨਹੀਂ, ਉਹ ਇਹਨਾਂ ਚੀਜ਼ਾਂ ਵੱਲੋਂ ਬੰਦਾ ਹਾਰ ਜਾਏ ਤੇ ਵਿਗੜਦਾ ਕੁਛ ਨਹੀਂ। ਦੁਆ ਕਰੋ ਅੱਲਾ ਆਪਣੀ ਤੌਹੀਦ ਵੱਲੋਂ ਹਾਰ ਨਾ ਦੇ, ਮਦੀਨੇ ਵਾਲੇ ਦੀ ਸੁਨਨਤ ਵੱਲੋਂ ਹਾਰ ਨਾ ਦੇ। ਕਹਿ ਦਿਓ ਹਾਂ ਸਾਰੇ ਮਿਲ ਕੇ ਆਮੀਨ, ਉੱਚੀ ਆਵਾਜ਼ ਨਾਲ ਅੱਲਾਹੁ ਅਕਬਰ। ਹਜ਼ਰਤ ਇਬਰਾਹੀਮ ਅਲੈਹਿ ਸਲਾਮ ਅੱਗ ਦੇ ਅੰਦਰ ਸੁੱਟਣ ਲੱਗੇ ਨਾ, ਤੇ ਇਬਰਾਹੀਮ ਅਲੈਹਿ ਸਲਾਮ ਦੇ ਅਲਫਾਜ਼ ਸੁਣਨਾ, ਜ਼ਰਾ ਧਿਆਨ ਕਰਿਆ ਜੇ। ਹਸਬੀ ਅੱਲਾਹ ਵਾ ਨਿਅਮਲ ਵਕੀਲ, ਸੁਭਾਨ ਅੱਲਾਹ, ਯਾ ਅੱਲਾ ਮਦਦ, ਸੁਭਾਨ ਅੱਲਾਹ। ਇਬਰਾਹੀਮ ਅਲੈਹਿ ਸਲਾਮ ਦੇ ਅਲਫਾਜ਼ ਹਸਬੀ ਅੱਲਾਹ ਵਾ ਨਿਅਮਲ ਵਕੀਲ, ਯਾ ਅੱਲਾ ਅੱਲਾ ਤੇਰੀ ਮਦਦ ਦੀ ਲੋੜ। ਜਦੋਂ ਵਾਰੀ ਆਈ ਮੁਹੰਮਦ ਰਸੂਲ ਅੱਲਾ, ਉੱਚੀ ਆਵਾਜ਼ ਨਾਲ ਕਹੋ ਯਾਰ, ਫਿਰ ਬੋਲੋ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੀ ਵਾਰੀ ਆਈ, ਰੱਬੇ ਕਾਇਨਾਤ ਨੇ ਫਰਮਾਇਆ ਲਕਦ ਜਾਕੁਮ ਰਸੂਲੁਮ ਮਿਨ ਅਨਫੁਸਿਕੁਮ ਅਜ਼ੀਜ਼ੁਨ ਅਲੈਹਿ ਮਾਨਿਤੁਮ ਹਰੀਸੁਨ ਅਲੈਕੁਮ ਬਿਲ ਮੂਮਿਨੀਨਾ ਰਊਫੁਰ ਰਹੀਮ ਫਇਨ ਤਵੱਲੌ ਫਕੁਲ ਹਸਬੀ ਅੱਲਾਹ ਲਾ ਇਲਾਹਾ ਇਲਾ ਹੂ ਅਲੈਹਿ ਤਵੱਕਲਤੁ ਵਹੁਵਾ ਰੱਬੁਲ ਅਰਸ਼ਿਲ ਅਜ਼ੀਮ। ਆਖਿਆ ਸੋਹਣਿਆ, ਅਗਰ ਕੋਈ ਤੁਹਾਡੇ ਰਸਤੇ ਵਿੱਚ ਰੁਕਾਵਟ ਪੈਦਾ ਕਰੇ ਤੁਸਾਂ ਕੀ ਕਹਿਣਾ? ਫਕੁਲ ਹਸਬੀ ਅੱਲਾ, ਤੁਸਾਂ ਕਹਿਣਾ ਯਾ ਅੱਲਾ ਤੇਰੀ ਮਦਦ, ਫਿਰ ਕਹੋ ਸੁਬਹਾਨ ਅੱਲਾ, ਤੁਸਾਂ ਕਹਿਣਾ ਯਾ ਅੱਲਾ ਤੇਰੀ ਮਦਦ। ਤੇ ਸਹਾਬਾ ਦਾ ਨਾਰਾ, ਸਹਾਬਾ ਕਾਫਰਾਂ ਦੇ ਮੁਕਾਬਲੇ ਤੇ ਜਾਂਦੇ ਕੀ ਕਹਿੰਦੇ? ਹਸਬੁਨ ਅੱਲਾਹ ਵਾ ਨਿਅਮਲ ਵਕੀਲ, ਹਸਬੁਨ ਅੱਲਾਹ ਵਾ ਨਿਅਮਲ ਵਕੀਲ, ਹਸਬੁਨ ਅੱਲਾਹ ਵਾ ਨਿਅਮਲ ਵਕੀਲ। ਅੱਲਾ ਸਾਡਾ ਅਕੀਦਾ ਸਾਰਿਆਂ ਦਾ ਵੀ ਇਹੋ ਹੀ ਬਣਾ, ਆਮੀਨ ਆਮੀਨ, ਆਖੋ ਆਮੀਨ। ਇਬਰਾਹੀਮ ਅਲੈਹਿ ਸਲਾਮ ਨੇ ਮੇਰੇ ਦੋਸਤੋ ਅੱਗ ਦੇ ਅੰਦਰ ਆਖਿਆ ਯਾ ਅੱਲਾ ਤੇਰੀ ਮਦਦ, ਤੇ ਹੋਇਆ ਕੀ ਫਿਰ? ਰੱਬੇ ਕਾਇਨਾਤ ਦਾ ਫੈਸਲਾ, ਵਕੁਲਨਾ ਯਾ ਨਾਰੋ ਕੂਨੀ, ਵਕੁਲਨਾ ਯਾ ਨਾਰੋ ਕੂਨੀ ਬਰਦਨ ਵਸਲਾਮਨ ਅਲਾ ਇਬਰਾਹੀਮ। ਐ ਅੱਗ ਮੇਰੇ ਇਬਰਾਹੀਮ ਤੇ ਠੰਡੀ ਹੋ ਜਾ, ਐ ਅੱਗ ਮੇਰੇ ਇਬਰਾਹੀਮ ਤੇ ਠੰਡੀ। ਤੇ ਆਓ ਅੱਜ ਇੱਕ ਮਾਲਕ ਸੋਹਣੇ ਦਾ ਤਰਲਾ ਮਾਰ ਲਈਏ, ਗੱਲ ਸੁਣੋ, ਤਾਰ ਜੁੜੀ ਏ, ਰਹਿਮਤਾਂ ਹੋਈਆਂ ਨੇ, ਮਾਲਕ ਮਿਹਰਬਾਨ ਹੋਇਆ, ਆਓ ਰਲ ਕੇ ਤੁਸੀਂ ਤੇ ਮੈਂ ਰੱਬ ਕੋਲੋਂ ਮਾਫ਼ੀ ਮੰਗੀਏ। ਤੇ ਗੱਲ ਸੁਣੋ ਜ਼ਰਾ ਮੇਰੇ ਨਾਲ, ਬੋਲਦਿਆਂ ਜਾਣਾ ਤੁਸਾਂ ਮਾਫ਼ੀਆਂ ਦੇ ਕਲਮ ਅੱਜ, ਫੇਰ ਅੱਲਾ ਸੋਹਣਿਆ, ਜੋ ਮੈਂ ਇਸ਼ਾਰਾ ਕਰਨਾ ਤੂੰ ਕਹਿਣਾ ਫੇਰ ਅੱਲਾ ਸੋਹਣਿਆ, ਮਾਫ਼ੀਆਂ ਦੇ ਕਲਮ ਅੱਜ। ਇੰਜ ਨਾ ਕਰੋ, ਖੁਦਾ ਦੀ ਕਿਸਮ ਇੱਕ ਆਵਾਜ਼ ਨਾਲ ਰਲ ਕੇ ਸਾਰੇ ਪਿਆਰ ਨਾਲ ਬੋਲੋ, ਮਾਫ਼ੀਆਂ ਦੇ ਕਲਮ ਅੱਜ, ਫੇਰ ਅੱਲਾ ਸੋਹਣਿਆ, ਗੱਲ ਇਹ ਪਸੰਦ ਤੈਨੂੰ, ਢੇਰ ਅੱਲਾ ਸੋਹਣਿਆ, ਮਾਫ਼ੀਆਂ ਦੇ ਕਲਮ ਅੱਜ। ਚੰਗਾ ਹਾਂ ਯਾ ਮੰਦਾ ਹਾਂ,
ਅਖੀਰ ਤੇਰਾ ਬੰਦਾ ਹਾਂ, ਚੰਗਾ ਹਾਂ ਜਾਂ ਮੰਦਾ ਹਾਂ, ਅਖੀਰ ਤੇਰਾ ਬੰਦਾ ਹਾਂ। ਆਂਦੇ ਆਂਦੇ ਹੋਈ ਮੈਥੋਂ ਦੇਰ, ਅੱਲਾ ਸੋਹਣਿਆ ਮਾਫੀਆਂ ਦੇ ਕਲਮੇ ਅੱਜ ਮਿਲ ਕੇ ਇਮਾਨਦਾਰੀ ਨਾਲ ਮਾਫੀਆਂ ਦੇ ਕਲਮੇ ਅੱਜ ਫੇਰ ਅੱਲਾ ਸੋਹਣ। ਗਫਲਤ ਅੰਦਰ ਸਾਰੀ ਉਮਰ ਮੈਂ ਗੁਜ਼ਾਰ ਲਈ, ਸਿਰ ਤਾਈ ਗੁਨਾਹਾਂ ਲਿਆ ਘੇਰ, ਅੱਲਾ ਸੋਹਣਿਆ ਮਾਫੀਆਂ ਦੇ ਕਲਮੇ ਅੱਜ। ਤੇ ਮੇਰੇ ਦੋਸਤੋ ਅਜੀ ਦਾ ਗੌਰ ਕਰਨਾ ਜ਼ਰਾ, ਗਿਣ ਗਿਣ ਕੇ ਅੱਲਾ ਜੀ ਖਤਾਵਾਂ ਦੱਸਾਂ ਕਿਹੜੀਆਂ, ਗਿਣ ਗਿਣ ਕੇ ਅੱਲਾ ਜੀ ਖਤਾਵਾਂ ਦੱਸਾਂ ਕਿਹੜੀਆਂ। ਮੱਚ ਗਿਆ ਮੈਥੋਂ ਤੇ ਹਨੇਰ, ਅੱਲਾ ਸੋਹਣਿਆ ਮਾਫੀਆਂ ਦੇ ਕਲਮੇ ਅੱਜ। ਤੇਰੀਆਂ ਅਤਾਵਾਂ ਅੱਗੇ ਮੇਰੀਆਂ ਖਤਾਵਾਂ ਕੀ, ਟਣਾ ਦੇ ਮੁਕਾਬਲੇ ਕੀ ਸ਼ੇਰ, ਅੱਲਾ ਸੋਹਣਿਆ ਮਾਫੀਆਂ ਦੇ ਕਲਮੇ ਅੱਜ। ਪਤਾ ਨਹੀਂ ਕੌਮ ਨੂੰ ਕਦੋਂ ਸਮਝ ਆ ਗਈ। ਅਖੇ ਜੀ ਮੌਲਵੀ ਜੀ ਪਜਾਰੋ ਬੜੀ ਵਧੀਆ ਲਈ ਹੈ, ਮੈਂ ਆਖਿਆ ਨਜ਼ਰ ਨਾ ਲੱਗ ਜਾਏ ਉਹਦੇ ਸਾਹਮਣੇ ਲਿੱਤਰ ਬੰਨ ਦਿੱਤਾ, ਕਿਉਂਕਿ ਫਿਰ ਤੁਹਾਨੂੰ ਪਤਾ ਨਜ਼ਰ ਵੀ ਤੇ ਲੱਗ ਜਾਣ। ਮੈਂ ਕਿਹਾ ਲਿੱਤਰਾਂ ਦਾ ਹਾਰ ਆਪਣੇ ਗਲ ਵੀ ਪਾ ਲੈ, ਤੂੰ ਵਿੱਚ ਬਹਿਣਾ ਕਿਤੇ ਤੈਨੂੰ ਵੀ ਨਾ ਲੱਗ ਜਾ। ਬੜਾ ਸੋਹਣਾ ਮਕਾਨ ਬਣਾ ਕੇ ਉੱਤੇ ਜਿਹੜਾ ਮੂਧੀ ਹਾਂਡੀ ਮਾਰ ਦਿੱਤੀ, ਹਾਂਡੀ ਮੂਧੀ ਮਾਰ ਦਿੱਤੀ। ਉਹ ਮੈਂ ਕਿਹਾ ਕੀ ਕੀਤੇ ਏਡਾ ਸੋਹਣਾ ਮਕਾਨ ਤੇ ਉਹ ਚਵਲ ਮਾਰੀ ਆ। ਕਹਿੰਦਾ ਕਿਤੇ ਨਜ਼ਰ ਨਾ ਲੱਗ, ਮੈਂ ਛੱਡ ਪਰਾਂ, ਜਿਹੜਾ ਮਕਾਨ ਦੇ ਸਕਦਾ ਹਿਫਾਜ਼ਤਾਂ ਵੀ ਕਰ ਸਕਦਾ ਏ। ਉਹ ਇਤਨਾ ਸੋਹਣਾ ਮਕਾਨ ਬਣਾਇਆ, ਇਤਨੀ ਸੋਹਣੀ ਗੱਡੀ ਲਈ, ਬੜੀ ਸੋਹਣੀ ਮੱਝ ਲਈ, ਉਹਦੇ ਗਲ ਲਿੱਤਰ ਬੰਨ ਦਿੱਤਾ। ਔਰ ਕਈ ਏਡੇ ਅਕੀਦੇ ਕਮਜ਼ੋਰ ਹੋ ਗਏ ਲੋਕਾਂ, ਉਹ ਬੰਦੇ ਮਾਰਦਾ, ਉਹ ਇੰਜ ਕਰਦਾ, ਉਹ ਤਵੀਜ਼ ਦਿੰਦਾ, ਛਟਾਲਾ ਸੜ ਜਾਂਦਾ, ਕਮਾਦ ਸੜ ਜਾਂਦਾ, ਨਹਿਰ ਸੁੱਕ ਜਾਂਦੀ ਹੈ। ਇਹਦੇ ਤਵੀਜ਼ ਨਾਲ ਜ਼ਰਦਾਰੀ ਨਹੀਂ ਸੁੱਕ ਸਕਦਾ, ਇਹਦੇ ਤਵੀਜ਼ ਨਾਲ ਗਿਲਾਨੀ ਨਹੀਂ ਸੁੱਕ ਸਕਦਾ, ਇਹ ਸਾਡੇ ਮੇਰਾ ਮਤਲਬ ਨਹਿਰਾ ਸੁਕਾਉਂਦਾ ਹੈ। ਕੋਈ ਹੈ ਗੱਲ ਕਰਨ ਵਾਲੀ? ਫਿਰ ਐਵੇਂ ਪੈ ਕਹਿਣ, ਉਹ ਇੱਕ ਬੀਬੀ ਦੀ ਸ਼ਾਦੀ ਹੋਈ ਨਾ, ਖਾਵਨ ਫੌਤ ਹੋ ਗਿਆ, ਫਿਰ ਸ਼ਾਦੀ ਹੋਈ, ਫਿਰ ਖਾਵਨ ਫੌਤ, ਫਿਰ ਸ਼ਾਦੀ ਹੋਈ, ਫਿਰ ਖਾਵਨ ਫੌਤ ਹੋ ਗਿਆ। ਅਤੇ ਬੀਬੀਆਂ ਮਹੱਲੇ ਦੀਆਂ ਕਹਿਣ, ਹਾਂ ਹੈ ਨਹੀਂ ਬੰਦੇ ਖਾਂਦੀ ਜੇ। ਉਸੇ ਮਹੱਲੇ ਇੱਕ ਬੰਦੇ ਦੀ ਹੋਈ ਸ਼ਾਦੀ, ਬੀਵੀ ਫੌਤ ਹੋ ਗਈ, ਫਿਰ ਕੀਤੀ, ਫਿਰ ਫੌਤ ਹੋ ਗਈ, ਫਿਰ ਕੀਤੀ, ਫਿਰ ਫੌਤ ਹੋ ਗਈ। ਸਾਰਾ ਮਹੱਲਾ ਕਵੇ, ਬੰਦੇ ਕਹਿਣ, ਆਹ ਤੇ ਬੀਬੀਆਂ ਦੇ ਸਿਰ ਲਈ ਜਾਂਦੇ ਵੀ ਇਹਨੂੰ ਹੋਰ ਕੰਮ ਹੀ ਕੋਈ ਨਹੀਂ। ਉਹ ਮਹੱਲੇ ਵਾਲਿਆਂ ਨੇ ਉਹਨਾਂ ਦੋਵਾਂ ਦਾ ਵਿਆਹ ਕਰ ਦਿੱਤਾ। ਸਵੇਰੇ ਬੀਬੀਆਂ ਗੱਲਾਂ ਕਰ, ਨਹੀਂ ਮਰੀਏ ਕਿ ਬਚੀਏ, ਬੰਦੇ ਗੱਲਾਂ ਕਰ, ਉਹ ਮਰਿਆ ਕਿ ਬਚਿਆ ਕਿ ਰਿੜ ਗਿਆ। ਪਤਾ ਲੱਗਾ ਦੋਵਾਂ ਨੂੰ ਕੁਛ ਨਹੀਂ ਹੋਇਆ, ਮੌਲਵੀ ਮਰ ਗਿਆ ਜਿਹਨੇ ਨਿਕਾਹ ਪੜਿਆ, ਮੌਲਵੀ ਰਿੜ ਗਿਆ ਜਿਹਨੇ ਨਿਕਾਹ ਪੜਿਆ। ਉਹ ਖੁਦਾ ਦਾ ਵਾਸਤਾ, ਜੇ ਆਪਣੇ ਅਕੀਦੇ ਸਹੀ ਕਰੋ, ਕਦੋਂ ਤੁਸੀਂ ਆਪਣੇ ਅਕੀਦੇ ਸਹੀ ਕਰਨੇ ਨੇ? ਸੁਣੋ, ਖੁਦਾ ਦੀ ਕਸਮ, ਇਹਦੇ ਚ ਸਾਡੀ ਅਜ਼ਮਤ ਹੈ ਕਿ ਅਸੀਂ ਹਰ ਹਾਲਤ ਚ ਕਹੀਏ ਯਾ ਅੱਲਾ ਮਦਦ। ਆਖੋ ਸਾਰੇ ਮਿਲ ਕੇ ਯਾ ਅੱਲਾ, ਮਿਲ ਕੇ ਕਹੋ ਯਾ ਅੱਲਾ, ਯਾ ਅੱਲਾ ਮਦਦ। ਇਨਸ਼ਾ ਅੱਲਾ ਜ਼ਿੰਦਾ ਰਹੇ ਤੋ ਆਈਂਦਾ ਸਾਲ ਫਿਰ ਮੁਲਾਕਾਤ ਹੋਗੀ। ਵਾਖਿਰ ਦਾਵਾਨਾ ਅਲਹਮਦੁਲਿਲਾ। ਮਸਜਿਦ ਵਾਸਤੇ ਜ਼ਰਾ ਕੀ ਅਪੀਲ ਕਰਨੀ ਹੈ ਬੁਨਿਆਦਾਂ? ਬਸ ਬਾਬਾ ਜੀ, ਮਸਜਿਦ ਵਾਸਤੇ ਸਾਥੀ ਕਹਿ ਰਹੇ ਨੇ ਕਿ ਕਿੰਨੇ ਪੈਸੇ ਇਬਤਦਾ ਦੇ ਵਿੱਚ, ਜਿਹਦੇ ਪੈਸੇ ਲੱਗ ਜਾਣਗੇ
ਕਿੰਨੀਆਂ ਰਹਿਮਤਾਂ ਆਉਣਗੀਆਂ। ਬਾਬਾ ਜੀ ਬਿਸਮਿਲਾ ਪੜਨਗੇ, ਉੱਠੋ ਮਾਸ਼ਾਅੱਲਾ। ਕੌਣ ਮਸਜਿਦ ਵਾਸਤੇ ਸਭ ਤੋਂ ਪਹਿਲਾਂ ਬਿਸਮਿਲਾ ਪੜੇ? ਉੱਠੋ ਉੱਠੋ ਮਾਸ਼ਾਅੱਲਾ ਮਾਸ਼ਾਅੱਲਾ। 1000 ਰੁਪਈਆ ਮੇਰੇ ਭਾਈ ਸਾਹਿਬ ਨੇ ਕਿਹਾ ਜੀ, 10 ਅੱਲਾਹ ਜਾਣਦਾ 5 ਬੋਰੀਆਂ ਸੀਮਠ ਕਹਿੰਦੇ ਨੇ ਨਾ, ਭਾਵੇਂ ਰਹਿਣ ਦਿਓ। ਸ਼ੇਖ ਮੁਹੰਮਦ ਅਨਵਰ ਸਾਹਿਬ ਅੱਲਾਹ ਇਹਨਾਂ ਦੀ ਜ਼ਿੰਦਗੀ ਚ ਬਰਕਤ ਫਰਮਾਏ, ਅੱਲਾਹ ਇਹਨਾਂ ਨੂੰ ਇੰਨਾ ਮਾਲ ਦੇ ਕਿਸੇ ਸ਼ਹਿਰ ਦੀ ਕਮੀ ਨਾ ਆਏ। ਮਾਸ਼ਾਅੱਲਾ ਕਿੰਨੇ ਹਜ਼ਾਰ? 1000 ਰੁਪਈਆ ਮੇਰੇ ਬੇਲੀ ਨੇ ਲਿਆਂਦਾ। ਮੁਸ਼ਰਫ ਦਾ ਅੱਲਾ ਬੇੜਾ ਗਰਕ ਕਰੇ। ਐਡੇ ਐਡੇ ਲੰਮੇ ਨੋਟ ਹੁੰਦੇ ਸਨ ਤੇ ਬਿਲਕੁਲ ਵੌਣੇ ਜੇ ਨੋਟ ਬਣਾ ਗਿਆ। ਜਾ ਕੁੱਤਿਆ ਖਨਜ਼ੀਰਾ ਕਿਸੇ ਜਾਣ ਦਿਆ ਬਾਂਦਰਾ। ਲਓ ਜੀ, ਉਮਰ ਮਾਰਬਲ ਵਾਲੇ ਚੌਧਰੀ ਮੁਖਤਾਰ ਸਾਹਿਬ ਨੇ ਮਾਸ਼ਾਅੱਲਾ ਕਿੰਨੇ ਜੀ? 5000 ਰੁਪਈਆ ਚੌਧਰੀ ਮੁਖਤਾਰ ਸਾਹਿਬ। ਜਜ਼ਾਕੁਮ ਅੱਲਾਹੁ ਤਾਲਾ, ਜਜ਼ਾਕੁਮ ਅੱਲਾਹੁ ਤਾਲਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਹਾਜੀ ਵੀ ਬੁੱਲਾ 5 ਬੋਰੀਆਂ 10000 ਰੁਪਈਏ ਲਿਖ ਦਿਓ ਉਹਨਾਂ। ਚਲੋ 5 ਲਿਖ ਦਿਓ, ਬਹੁਤ ਹੈ 5 ਲਿਖ। ਯਾਰ ਹੋਇਆ ਫਿਰ ਵੀ ਉਹ ਨਾ ਹੋਵੇ ਅਗਲੇ ਜਲਸੇ ਦੀ ਨਾ ਆਵੇ ਵੀ ਇਹ 10000 ਵਾਲੇ। ਮਾਸ਼ਾਅੱਲਾ 5000 ਹਾਜੀ ਵੀ ਬੁੱਲਾ, ਅੱਲਾ ਇਹਨਾਂ ਨੂੰ ਜ਼ਿੰਦਗੀ ਦੇ। ਮਾਸ਼ਾਅੱਲਾ ਉੱਠੋ ਵੀ ਉੱਠੋ ਜਲਦੀ, ਜਜ਼ਾਕੁਮ ਅੱਲਾ। ਉਹ ਜਿਹੜੇ ਉੱਧਰ ਮੇਰੇ ਭਰਾ ਬੈਠੇ ਨੇ ਉਹ ਵੀ ਸਾਰੇ ਤਾਵਨ ਦੁਆ ਕਰਕੇ ਜਾਣੀ ਹੈ ਬਈ, ਸਾਰਿਆਂ ਲਈ ਦੁਆ ਕਰਨੀ ਅੱਲਾ ਦੇ ਫਜ਼ਲੋ ਕਰਮ। ਲੈਟ ਉਹਨੂੰ ਕਰੋ ਨਾ ਪਰੋ, ਇੱਕ ਲੈਟ ਉੱਧਰ ਨੂੰ ਕਰੋ, ਵੇਲੀਓ ਬਈ ਜਾਣਾ ਨਹੀਂ ਦੁਆ ਤੋਂ ਬਗੈਰ। ਸਾਰੇ ਤਾਵਨ ਕਰੋ ਬਈ, ਜਜ਼ਾਕੁਮ ਅੱਲਾ ਤਾਲ। ਅਲਹਮਦੁਲਿਲਾਹ ਰੱਬਿਲ ਆਲਮੀਨ ਵਲ ਆਕਿਬਤੁ ਲਿਲ ਮੁਤਕੀਨ ਵਸਲਾਤੁ ਵਸਲਾਮੁ ਅਲਾ ਰਸੂਲਿਲ ਕਰੀਮ। ਅੱਲਾਹੁਮ ਸੱਲਿ ਅਲਾ ਮੁਹੰਮਦਿਨ ਵਅਲਾ ਆਲ ਮੁਹੰਮਦਿਨ ਕਮਾ ਸੱਲੈਤ ਅਲਾ ਇਬਰਾਹੀਮ ਵਅਲਾ ਆਲ ਇਬਰਾਹੀਮ ਇਨਕ ਹਮੀਦੁ ਮਜੀਦ। ਅੱਲਾਹੁਮ ਬਾਰਿਕ ਅਲਾ ਮੁਹੰਮਦਿਨ ਵਅਲਾ ਆਲ ਮੁਹੰਮਦਿਨ ਕਮਾ ਬਾਰਕਤ ਅਲਾ ਇਬਰਾਹੀਮ ਵਅਲਾ ਆਲ ਇਬਰਾਹੀਮ ਇਨਕ ਹਮੀਦੁ ਮਜੀਦ। ਅੱਲਾਹੁਮ ਅਨਸੁਰ ਇਸਲਾਮ ਵਲ ਮੁਸਲਿਮੀਨ। ਅੱਲਾਹੁਮ ਅਯਿਦ ਇਸਲਾਮ ਵਲ ਮੁਸਲਿਮੀਨ। ਯਾ ਰਹੀਮ ਯਾ ਕਰੀਮ, اللهم اشف مرضانا ومرضى المسلمين وتعز من تشاء وتذل من تشاء بيدك الخير انك على كل شيء قدير۔ اللهم اكفنا بحلالك عن حرامك واغننا بفضلك عمن سواك۔ يا حي يا قيوم برحمتك نستغيث، نعوذ بالله من جهد البلاء ودرك الشقاء وسوء القضاء وشماتة الاعداء۔ یا اللہ پورے مجمع تے اپنی رحمت نازل فرما، اللہ پورے مجمع دیاں نیک تمناواں پوریاں فرما، اللہ سارے اجتماع دیاں خواہشات ہچیاں پوریاں فرما، اللہ اس پورے جلسے نو اللہ نجات دا ذریعہ بنا، اللہ سنن سنان والیاں تے راضی ہو جا، اللہ قرآن و سنت دا بول بالا فرما، اللہ قرآن و سنت دا چرچا تے غلبہ فرما۔ ربنا آتنا فی الدنیا حسنتم وفی الآخرۃ حسنتم وقنا عذاب النار۔ سبحان ربك رب العزة عما يصفون وسلام على المرسلين والحمد لله۔